ਸਸ਼ੀਕਲ ਜੀ ਨਵਾਂ ਸੈਸ਼ਨ ਆਉਣ ਲੱਗਿਆ ਸੈਸ਼ਨ ਵਿਧਾਨ ਸਭਾ ਦਾ ਨਹੀਂ ਖੈਰ ਕਹਿ ਰਿਹਾ ਮੈਂ ਕਹਿ ਰਿਹਾ ਕਿ ਜਿਹੜਾ ਐਡਮਿਸ਼ਨ ਦਾ ਸੈਸ਼ਨ ਸ਼ੁਰੂ ਹੋਣਾ ਐਡਮਿਸ਼ਨ ਨੂੰ ਲੈ ਕੇ ਜੇ ਕਿਹਾ ਜਾਵੇ ਗੱਲ ਤਾਂ ਖਾਸ ਕੋਈ ਹੈ ਨਹੀਂਗੀ ਪਰ ਹਰ ਵਾਰੀ ਰੌਲਾ ਇਕਦਾਂ ਪੈਂਦਾ ਹੈ ਦਾਖਲਾ ਫੀਸ ਲੈਣ ਤੋਂ ਲੈ ਕੇ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਵੱਧ ਪੈ ਅਲੱਗ-ਅਲੱਗ ਫੰਡਾਂ ਦੇ ਰੂਪ ਦੇ ਵਿੱਚ ਪ੍ਰਾਈਵੇਟ ਸਕੂਲਾਂ ਵਾਲੇ ਆਖਰਕਾਰ ਜਿਸ ਤਰ੍ਹਾਂ ਦੇ ਨਾਲ ਪੈਸਾ ਵਟੋੜਦੇ ਨੇ ਖੈਰ ਇਹਦੇ ਵਿੱਚ ਕੁਝ ਸਕੂਲਾਂ ਦੀ ਗੱਲ ਕਰ ਰਹੇ ਹਾਂ ਉਹਨਾਂ ਦੀ ਜਿਹੜੇ ਲਾਲਚ ਦੇ ਵਿੱਚ ਅੰਨੇ ਹੋਏ ਹੋਏ ਨੇ ਤੇ ਆਖਰਕਾਰ ਉਹ ਜਿਹੜਾ ਕਹਿੰਦੇ ਹੁੰਦੇ ਸੀਗੇ ਵੀ ਸਿੱਖਿਆ ਵੰਡਣ ਦਾ ਕੰਮ ਹੋਰ ਇਹਨਾਂ ਕੋਲ ਇਹ ਜੀ ਚੀਜ਼ ਕੋਈ ਨਹੀਂ ਹੈਗੀ ਇਹ ਡਰਾਮਾ ਕਰਦੇ ਨੇ ਤੇ ਜ਼ਿਆਦਾਤਰ ਤਵੱਜੋ ਪੈਸੇ ਦੀ ਹੁੰਦੀ ਆ ਕੁਝ ਪ੍ਰਾਈਵੇਟ ਸਕੂਲ ਵੀ ਇਸ ਤਰ੍ਹਾਂ ਦੇ ਹੈਗੇ ਨੇ ਕਿਉਂਕਿ ਪਿਛਲੀ ਵਾਰੀ ਜਦੋਂ ਰੌਲਾ ਪਿਆ ਸੀਗਾ ਇੱਕ ਚੀਜ਼ ਦੇਖਣ ਨੂੰ ਮਿਲੀ ਸੀ ਕਿਉਂਕਿ ਕਈ ਸਾਨੂੰ ਉਹਨਾਂ ਦੇ ਵਿੱਚ ਐਸੋਸੀਏਸ਼ਨ ਦੇ ਵਿੱਚ ਇਹ ਜਿਹੇ ਸਕੂਲ ਵੀ ਟਕਰੇ ਜਿਹੜੇ ਆਖਰਕਾਰ ਸੱਚੀ ਮੁੱਚੀ ਦੀ ਵਿੱਚ ਜੇ ਕਿਹਾ ਜਾਵੇ ਆਖਰਕਾਰ ਉਹ ਮਕਸਦ ਨੂੰ ਹੱਲ ਕਰ ਰਹੇ ਨੇ ਕਿ ਸਿੱਖਿਆ ਵੰਡਣੀ ਆ ਖੈਰ ਸਾਰੇ ਪੰਜੇ ਕੋਲ ਇੱਕ ਬਰਾਬਰ ਨਹੀਂ ਹੁੰਦੀਆਂ ਸਾਰਿਆਂ ਨੂੰ ਤਾਂ ਕਹਿ ਵੀ ਨਹੀਂ ਸਕਦੇ ਪਰ ਜਿਹੜੇ ਇਹ ਲੁਟੇਰੇ ਪ੍ਰਾਈਵੇਟ ਸਕੂਲਾਂ ਵਾਲੇ ਹੈਗੇ ਨੇਗੇ ਜਲੰਧਰ ਤੋਂ ਜੇ ਕਿ ਇਹ ਕਿ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਸਾਹਿਬ ਤੋਂ ਜਿਹੜੀ ਇਹ ਖਬਰ ਸਾਹਮਣੇ ਆਈ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਜੇਕਰ ਇਹ ਸੱਚੀ ਹੋ ਜਾਂਦੀ ਹੈ ਸਮਾਰਕ ਡੰਡਾ ਫਿਰੂਗਾ ਕਿਉਂਕਿ ਇੱਕ ਵਾਰ ਤਾਂ ਇੱਕ ਤਾਂ ਇਸ ਵਾਰੀ ਸਰਕਾਰ ਭਗਵੰਤਬਾਨ ਹੋ ਰਾਂਦੀ ਆ ਆਮ ਆਦਮੀ ਪਾਰਟੀ ਅਜਿਹੇ ਮੁੱਦਿਆਂ ਤੇ ਕਦੇ ਵੀ ਚਲੋ ਬਾਕੀ ਸਿਆਸੀ ਤੌਰ ਤੇ ਹੋ ਸਕਦਾ ਕਿ ਉਤਾਰ ਚੜਾ ਚੱਲਦੇ ਰਹਿੰਦੇ ਹੋਣ ਅਜਿਹੇ ਮੁੱਦੇ ਜਿਹੜੇ ਸਿੱਧੇ ਪਬਲਿਕ ਸੈਕਟਰ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਵਿੱਚ ਕਦੇ ਵੀ ਇਹ ਜੇ ਲਾਲਚੀ ਲੋਕਾਂ ਦਾ ਪੱਖ ਨਹੀਂ ਪੂਰਦੀ ਆਮ ਤੌਰ ਤੇ ਲੰਬੇ ਦੌਰ ਤੋਂ ਇਹ ਚੀਜ਼ਾਂ ਚੱਲਦੀਆਂ ਆਈਆਂ ਨੇ ਪਰ ਗੱਲ ਇਹ ਸੀ ਵੀ ਵੱਡੇ ਵੱਡੇ ਵਕੀਲ ਖੜੇ ਕਰਕੇ ਜਿਵੇਂ ਕੂਟਾਂ ਦੇ ਵਿੱਚ ਆਖਰਕਾਰ ਇਹ ਲੋਕ ਰਹਿਤਾਨ ਲੈ ਜਾਂਦੇ ਨੇ ਪਰ ਫਿਰ ਵੀ ਜੇ ਜੇ ਕਹੇ ਜੇਵੇ ਡਿਪਾਰਟਮੈਂਟਰੀ ਤੌਰ ਤੇ ਜਦੋਂ ਸਕੰਜਾ ਕਸਦਾ ਉਹਦੇ ਵਿੱਚ ਹੁੰਦੀ ਹੈ ਵੀ ਸਰਕਾਰ ਦੀ ਇੱਛਾ ਸ਼ਕਤੀ ਕੀ ਹੈ ਜੇ ਸਰਕਾਰ ਜਿਹੜਾ ਕੰਮ ਕਰਨ ਨੂੰ ਆਵੇ ਰਤੂ ਰਾਤ ਲਾਗੂ ਹੋ ਜਾਂਦੇ ਨੇ ਖੈਰ ਪ੍ਰਾਈਵੇਟ ਸਕੂਲਾਂ ਨੂੰ ਲੈ ਕੇ ਆਖਰਕਾਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਿਹੜੀ ਜਗਬਾਣੀ ਨੇ ਇਹ ਖਬਰ ਲਾਈ ਆ ਉਦੇ ਵਿੱਚ ਸਿੱਧਰੂ ਦੇ ਵਿੱਚ ਲਿਖਿਆ ਕਹਿੰਦੇ ਸਿੱਖਿਆ ਵਿਭਾਗ ਨੇ ਹੁਣ ਨਵੇਂ ਵਿਦਿਅਕ ਸੈਸ਼ਨ ਦੌਰਾਨ ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀਆਂ ਜਾ ਰਹੀਆਂ ਮਨਮਰਜ਼ੀਆਂ ਤੇ ਸਿਕੰਜਾ ਕੱਸ ਦਿੱਤਾ ਹੈ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਕੋਈ ਵੀ ਸਕੂਲ ਮਾਪਿਆਂ ਨੂੰ ਸਕੂਲ ਦੇ ਅੰਦਰ ਵਰਦੀਆਂ ਅਤੇ ਕਿਤਾਬਾਂ ਲੈਣ ਲਈ ਮਜਬੂਰ ਨਹੀਂ ਕਰੇਗਾ ਆਮ ਤੌਰ ਤੇ ਪ੍ਰਾਈਵੇਟ ਸੈਕਟਰ ਸਕੂਲਾਂ ਦੇ ਵਿੱਚ ਬਾਕੀ ਤੁਸੀਂ ਦੱਸੀ ਜਾਓ ਨਾਲ ਨਾਲ ਵੀ ਕੀ ਇਹ ਸਹੀ ਹੈ ਜੇ ਸਹੀ ਲੱਗੀ ਤੁਹਾਨੂੰ ਇਹ ਗੱਲ ਤਾਂ ਇਹਨੂੰ ਸ਼ੇਅਰ ਵੀ ਕਰਿਓ ਵੱਧ ਵੱਧ ਕਿਉਂਕਿ ਅਜਿਹੀਆਂ ਚੀਜ਼ਾਂ ਸ਼ੇਅਰ ਹੋਣੀਆਂ ਜ਼ਰੂਰੀਆਂ ਨੇ ਗਿਆ ਡਰ ਬਣੇ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਲੁਟੇਰੇ ਨੇ ਕੀ ਆਖਰਕਾਰ ਸਕੂਲਾਂ ਕਿਤਾਬਾਂ ਕਿਤਾਬ ਵਰਦੀਆਂ ਫਿਕਸ ਜੀਆਂ ਕਰ ਲਾਂਦੇ ਨੇ ਹਾਲਾਂਕਿ ਇਹਨਾਂ ਨੂੰ ਪੁੱਛੇ ਕਿ ਹੋਰ ਕਿਉਂ ਉਹ ਵਰਦਾ ਵਰਦੀ ਸੋਹ ਨਹੀਂ ਸਕਦਾ ਕਿਉਂਕਿ ਉੱਥੋਂ ਫਿਰ ਕਮਿਸ਼ਨ ਆਉਣਾ ਹੁੰਦਾ ਮੋਟਾ ਸੱਤ ਤੌਰ ਤੇ ਕਹਤਾ ਵੀ ਕੋਈ ਇਸ ਚੀਜ਼ ਨੂੰ ਜੋਰ ਨਹੀਂ ਪਾਊਗਾ ਇਸ ਤੋਂ ਇਲਾਵਾ ਸਕੂਲਾਂ ਬਾਰ-ਬਾਰ ਰੈਗੂਲਰ ਵਿਦਿਆਰਥੀਆਂ ਦਾ ਦਾਖਲਾ ਫੀਸ ਨਹੀਂ ਲੈ ਸਕੇਗਾ ਹੁਣ ਇਹਦੇ 'ਚ ਝੋਲਾਉਂਦਾ ਆਈ ਵਾਰੀ ਫਸਦੇ ਹੀ ਪਏ ਚ ਇਹਦੇ 'ਚ ਵਿਭਾਗ ਨੇ ਸਪਸ਼ਟ ਕੀਤਾ ਕਿ ਜੇਕਰ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਸਬੰਧਤ ਸਕੂਲਾਂ ਦੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ ਤੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਵਿਭਾਗ ਨੇ ਇਸ ਸੰਬੰਧੀ ਸਾਰੇ ਜ਼ਿਲ੍ਹਾ ਜ਼ਿਲ੍ਹਿਆਂ ਦੇ ਸਕੂਲਾਂ ਦੇ ਪ ਜਿਹੜੇ ਤੇ ਜ਼ਿਆਦਾਤਰ ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ਦੇ ਸੋਸ਼ਲ ਸੰਬੰਧਿਤ ਪ੍ਰਮੁਖਤਾ ਨਾਲ ਅੱਗੇ ਜਾਣਕਾਰੀ ਸਾਂਝੀ ਕਰੀ ਸੀ ਜਿਸ ਤੋਂ ਬਾਅਦ ਵਿਭਾਗ ਨੇ ਹਰਕਤ ਵਿੱਚ ਆਉਂਦੇ ਸਕੂਲਾਂ ਦੀ ਸਿਕੰਜਾ ਕਰ ਦਿੱਤਾ ਜਾਣਕਾਰੀ ਅਨੁਸਾਰ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਜਿਹੜੇ ਤੇ ਜ਼ਿਆਤਰ ਸਕੂਲ ਆਪਣੀ ਮਨਮਰਜ਼ੀ ਕਰ ਰਹੇ ਨੇ ਤੇ ਮਾਪਿਆਂ ਦੇ ਜ਼ੋਰ ਪਾ ਕੇ ਕਿਤਾਬਾਂ ਤੇ ਵਰਦੀਆਂ ਦੇ ਰਹੇ ਨੇ ਇਹ ਬਿਲਕੁਲ ਸਹੀ ਆ ਕਿਉਂਕਿ ਜਿੰਨਾ ਮਰਜੀ ਢੋਰਾ ਪਿੱਟ ਲੋ ਆਖਰਕਾਰ ਇਨ੍ਹਾਂ ਮੋٹے ਚਮਾ ਤੇ ਕੋਈ ਅਸਰ ਨਹੀਂ ਹੋਣ ਲੱਗਿਆ ਵੱਡੀਆਂ-ਵੱਡੀਆਂ ਨਾ ਲੋਕਾਂ ਦੀਆਂ ਸੈਟਿੰਗਾਂ ਹੁੰਦੀਆਂ ਨੇ ਸਰਕਾਰਾਂ ਦੇ ਵਿੱਚ ਹੁਣ ਐਸ ਵਾਰੀ ਦੇਖਣਾ ਹੋਊਗਾ ਕਿ ਇਹਦੇ ਵਿੱਚ ਸੱਚੀਓ ਇਹ ਤੰਤਰ ਦੇ ਅੱਗੇ ਇਹ ਚੀਜ਼ਾਂ ਹਾਰ ਜਾਂਦੀਆਂ ਨੇਗੀਆਂ ਇਹ ਬਹੁਤ ਵੱਡੀ ਚੁਣੌਤੀ ਕਹੀਏ ਕਿ ਭਗਵਾਨਤਮਨ ਸਰਕਾਰ ਵਾਸਤੇ ਰਹੂਗੀ ਅ ਇਹਦੇ ਵਿੱਚ ਕਹਿੰਦੇ ਜਿਲ੍ਹਾ ਸਿੱਖਿਆ ਸਕੈਂਡਰੀ ਜਗਰਾਤ ਸਿੰਘ ਰੰਧਾਵਾ ਨੇ ਕਿਹਾ ਕਿ ਕੋਈ ਵੀ ਸਕੂਲ ਮਾਪਿਆਂ ਨੂੰ ਜ਼ਬਰਦਸਤੀ ਵਿਦਿਆਰਥੀਆਂ ਦੀ ਸਟੇਸ਼ਨਰੀ ਵਰਦੀਆਂ ਖਰੀਦਣ ਲਈ ਮਜਬੂਰ ਨਹੀਂ ਕਰ ਸਕਦਾ ਮਾਪਿਆਂ ਦੀ ਮਰਜ਼ੀ ਹੋਏਗੀ ਕਿਤੋਂ ਮਰਜ਼ੀ ਵਰਦੀ ਸਟੇਸ਼ਨਰੀ ਲੈਣ ਜੇਕਰ ਕੋਈ ਸਕੂਲ ਮਾਰਕਪ ਪ੍ਰਿੰਟਰ ਰੇਟਾਂ ਤੇ ਵੀ ਸਮਾਨ ਵੇਚਦਾ ਹੈ ਤਾਂ ਉਹਦੇ ਨਿਯਮਾਂ ਲੰਘਣਾ ਕਰਦਾ ਹੈ ਸਿੱਖਿਆ ਵਿਭਾਗ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਮਾਪਿਆਂ ਦੀਆਂ ਅਧਿਕਾਰੀਆਂ ਨੂੰ ਲੰਘਣਾ ਨਾ ਹੋਵੇ ਉਹ ਕਹਿੰਦੇ ਨੇ ਕਿ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਰੈਗੂਲਰ ਵਿਦਿਆਰਥੀਆਂ ਦਾ ਬਾਰ-ਬਾਰ ਦਾਖਲਾ ਨਹੀਂ ਲਿਆ ਜਾ ਸਕਦਾ ਸਾਰੇ ਸਕੂਲਾਂ ਵਿੱਚ ਸਪਸ਼ਟ ਕੀਤਾ ਗਿਆ ਕਿ ਉਹ ਵਿਦਿਆਰਥੀਆਂ ਤੋਂ ਕਿੰਨੀ ਫੀਸ ਲਈ ਜਾ ਰਹੀ ਆ ਉਹਨਾਂ ਦੇ ਸਕੂਲਾਂ ਦੀ ਚਾਰਦिवारी ਦੇ ਬਾਹਰ ਕਿਹੜੇ ਫੰਡ ਲਏ ਜਾ ਰਹੇ ਨੇ ਚਾਰਦिवारी ਤੋਂ ਬਾਹਰ ਕਿਹੜੇ ਫੰਡ ਲਏ ਜਾ ਰਹੇ ਨੇ ਇਸ ਤੋਂ ਸਬੰਧਤ ਪ੍ਰਮੁਖਤਾ ਨਾਲ ਜਾਣਕਾਰੀ ਅੱਗੇ ਜਦੋਂ ਸਾਂਝੀ ਹੋਈ ਕਹਿੰਦੇ ਮਾਪਿਆਂ ਨੂੰ ਵੀ ਸੰਬੰਧੀ ਜਾਣਕਾਰੀ ਦਿੱਤੀ ਜਾਵੇ ਰੰਧਾਵਾ ਅਨੁਸਾਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਸੀਨੀਅਰ ਪ੍ਰਿੰਸੀਪਲਾਂ ਡਿਪਟੀ ਦੀ ਡਿਊਟੀ ਲਗਾਈ ਗਈ ਹੈ ਜੋ ਲਗਾਤਾਰ ਸਕੂਲਾਂ ਦਾ ਨਿਖਰ ਕਰਨਗੇ ਜਿੱਥੇ ਵੀ ਸ਼ਿਕਾਇਤ ਮਿਲਦੀ ਹੈ ਤੇ ਉਸ ਦੀ ਜਾਂਚ ਕਰਕੇ ਸਖਤ ਕਾਰਵਾਈ ਕਰਨਗੇ ਉਸ ਨਾਲ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਏਗੀ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸ ਨੂੰ ਆਉਂਦੀ ਪਰੇਸ਼ਾਨੀ ਤਾਂ ਸਿੱਧੇ ਸ਼ਿਕਾਇਤ ਕਰੋ ਗੁਪਤ ਰੱਖਣਾ ਹੋਵੇ ਨਾ ਗੁਪਤ ਰੱਖ ਲਾਂਗੇ ਡਿਪਾਰਟਮੈਂਟ ਦੇ ਕੋਲੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਇਹ ਵੀ ਗੱਲ ਕਹੀ ਹੈ ਕਿ ਪ੍ਰਾਈਵੇਟ ਸਕੂਲਾਂ ਨੂੰ ਹਰ ਹਾਲਤ ਵਿੱਚ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਜੇਕਰ ਉਹ ਵਿਖ ਵਿੱਚ ਅਜਿਹਾ ਨਹੀਂ ਕਰਦੇ ਤਾਂ ਉਹ ਨਹੀਂ ਕਰਦੇ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਬੰਧਤ ਸਕੂਲ ਦੀ ਮਾਨਤਾ ਰੱਦ ਕਰਕੇ ਡਿਫਰਟਰ ਸੂਚੀ 'ਚ ਪਾ ਦਿੱਤਾ ਜਾਊਗਾ ਸਰਕਾਰ ਨੇ ਇਹ ਵੀ ਲਿਖਿਆ ਹੈ ਸਰਕਾਰ ਨੂੰ ਇਹ ਵੀ ਲਿਖਿਆ ਜਾਵੇਗਾ ਕਿ ਸਬੰਧਤ ਉਹਨਾਂ ਨੇ ਅੱਗੇ ਕਿਹਾ ਕਿ ਮਾਪਿਆਂ ਦੇ ਨਾਲ ਹਨ ਜੇਕਰ ਕਿਸੇ ਨੇ ਕੋਈ ਵੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਸਕੈਂਡਰੀ ਸਕੂਲ ਸਿੱਖਿਆ ਉਤਤਰ ਵਿੱਚ ਵੀ ਆ ਕੇ ਸ਼ਿਕਾਇਤ ਦਰਜ ਕਰਾਉਣ 6 ਸਕੂਲਾਂ ਨੂੰ ਕਹਿੰਦੇ ਨੋਟਿਸ ਜਾਰੀ ਅਸੀਂ ਕਰ ਚੁੱਕੇ ਹਾਂ ਮਾਪਿਆਂ ਨਾਲ ਹੋ ਰਹੇ ਸ਼ੋਸ਼ਣ ਨੂੰ ਸਖਤੀ ਨਾਲ ਰੋਕਿਆ ਜਾਵੇਗਾ ਜ਼ਿਲ੍ਹੇ ਦੇ ਜ਼ਿਆਤਰ ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ਦੀ ਹੋ ਰਹੀ ਲੁੱਟ ਨੂੰ ਰੋਕਣ ਲਈ ਆਵਾਜ਼ ਬੰਦ ਕਰਦੇ ਸਮਾਜ ਸੇਵੀ ਨੇ ਵੀ ਇਹ ਗੱਲ ਕਹੀ ਕਿ ਸਿੱਖਿਆ ਵਿਭਾਗ ਨੂੰ ਪੱਤਰ ਜਾਰੀ ਕੀਤੇ ਗਏ ਨੇ ਪੱਤਰ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਹੁਣ ਗੱਲ ਇਹ ਆ ਗਈ ਸਾਰੀ ਚੀਜ਼ਾਂ ਦੇ ਵਿੱਚ ਕਿ ਆਖਰ ਇਹ ਹੁੰਦਾ ਤਾਂ ਪਹਿਲਾਂ ਵੀ ਆਇਆ ਹੁਣ ਡੰਡਾ ਆਖਰ ਕਿ ਪ੍ਰਸ਼ਾਸਨਿਕ ਤੰਤਰ ਜੇ ਚਾਹੇ ਤਾਂ ਸਭ ਕੁਝ ਕਰ ਸਕਦਾ ਹੈਗਾ ਕੋਟਾਂ 'ਚ ਭੱਜੇ ਫਰੀ ਜਾਣ ਫਿਰ ਇੱਕ ਵਾਰੀ ਵੈਸੇ ਤਾਂ ਹੋਵੇ ਇਹੀ ਇਹਨਾਂ ਨੂੰ ਸੇਕ ਲਵਾਉ ਸਮਾਰ ਕੇ ਜਿਹੜੇ ਇਹ ਗੱਲਾਂ ਨਹੀਂ ਮੰਨਦੇ ਠੱਗ ਚੋਰ ਇਕੱਠੇ ਹੋਏ ਹੋਏ ਨੇ ਹਾਂ ਜਿਹੜੇ ਲੋਕ ਸਹੀ ਨੇ ਉਹਨਾਂ ਨੂੰ ਸਪੋਰਟ ਵੀ ਕਰਦੇ ਆ ਤੇ ਜਿਹੜੇ ਅਸਲੀ ਤੌਰ ਤੇ ਦੇਖਿਆ ਜਾਵੇ ਕਿਉਂਕਿ ਪ੍ਰਾਈਵੇਟ ਸਕੂਲਾਂ 'ਚ ਲੋਕ ਤਾਂ ਹੀ ਜਾਂਦੇ ਨੇ ਕਿਉਂਕਿ ਸਰਕਾਰੀ 'ਚ ਉਹ ਚੀਜ਼ਾਂ ਨਹੀਂ ਮਿਲ ਪਾਉਂਦੀਆਂ ਖੈਰ ਜ਼ਿਆਦਾਤਰ ਤਾਂ ਕੋਸ਼ਿਸ਼ ਤਾਂ ਵੈਸੇ ਇਹ ਲੋਕ ਇਹ ਗੱਲ ਕਰਨ ਕਿ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਉਹ ਠੀਕ ਹੈ ਕਈ ਲੋਕ ਇਹ ਕਹਿੰਦੇ ਨੇ ਸਰਕਾਰੀ ਸਕੂਲਾਂ 'ਚ ਉਹ ਨਵੀਆਂ ਸਿਸਟਮ ਨਹੀਂ ਬਈ ਸਮਾ ਬਦਲ ਰਿਹਾ ਹੋ ਜੇ ਕਿਤੇ ਆਖਰਕਾਰ ਬੰਪਰ ਐਡਮਿਸ਼ਨਾਂ ਹੋਣਗੀਆਂ ਤਾਂ ਉਹਦੇ ਨਾਲ ਉਹਨਾਂ ਦਾ ਵੀ ਇੰਟਰਸਟ ਜਾਗੂਗਾ ਜਵਾਬਦੇਹੀ ਤੈਅ ਹੋਜੂਗੀ ਪਰ ਗੱਲ ਇਹ ਹੈ ਵੀ ਆਖਰ ਕੋਈ ਵੀ ਬੱਚਿਆਂ ਨੂੰ ਰਕੇ ਰਿਸਕ ਨਹੀਂ ਲੈਣਾ ਚਾਹੁੰਦਾ ਹੁੰਦਾ ਗੱਲ ਵੀ ਜਾਇਜ਼ ਹੈ ਪਰ ਇੱਕ ਚੀਜ਼ ਤੁਸੀਂ ਸਮਝੋ ਵੀ ਜੇਕਰ ਪ੍ਰਾਈਵੇਟ ਸਕੂਲ ਜਿਵੇਂ ਖਾਲੀ ਹੋਣ ਲੱਗ ਜਾਣ ਸਰਕਾਰੀ ਕਰਨ ਨੂੰ ਰੁਖਵਾਜੇ ਸਰਕਾਰ ਆਪਦੇ ਆਪ ਕੰਮ ਜੇ ਕਹੀਏ ਕਿ ਵਿੱਜੇ ਪ੍ਰੈਸ਼ਰ ਵਧੂਗਾ ਆਪਦੇ ਆਪ ਉਸ ਤਵਰ ਨੂੰ ਵਧਣਗੇ ਦੂਜੀ ਗੱਲ ਇਹ ਹੈ ਕਿ ਇਹ ਲੋਕ ਆਪੀ ਛੰਡੇ ਹੋ ਜਾਣਗੇ ਬਾਜ਼ਾਰ ਦੇ ਵਿੱਚ ਜਦੋਂ ਇੱਕ ਤੋਂ ਜ਼ਿਆਦਾ ਜਦਗਾਨਾ ਹੁੰਦੀਆਂ ਨੇ ਕੰਪੀਟੀਸ਼ਨ ਵੱਧਦਾ ਤਾਂ ਚੀਜ਼ਾਂ ਸਸਤੀਆਂ ਹੁੰਦੀਆਂ ਨੇ ਫੈਸਿਲਿਟੀਆਂ ਜ਼ਿਆਦਾ ਮਿਲਦੀਆਂ ਨੇ ਚੀਜ਼ਾਂ ਬਿਹਤਰ ਮਿਲਦੀਆਂ ਨੇ ਪਰ ਆਪਾਂ ਲੋਕਾਂ ਨੇ ਕੀ ਕਰ ਰਿਹਾ ਕਿ ਆਖਰਕਾਰ ਪ੍ਰਾਈਵੇਟ ਸਕੂਲਾਂ ਦਾ ਨੰਬਰ ਵੀ ਵੱਧ ਰਿਹਾ ਪਰ ਉਹਦੇ باوجود ਹੋ ਰਿਹਾ ਕਿ ਇਹ ਸਾਡੇ ਤੇ ਉਸੇ ਤਰ੍ਹਾਂ ਦੇ ਨਾਲ ਡੰਡਾ ਕਾਇਮ ਕਰੇ ਹੋਏ ਨੇ ਪ੍ਰਾਈਵੇਟ ਸਕੂਲ ਸਲੂਟ ਆ ਉਹਨਾਂ ਨੂੰ ਜਿਹੜੇ ਗਰੀਬ ਬੱਚਿਆਂ ਦਾ ਕਿਉਂਕਿ ਇਹ ਜਿਹੇ ਬਹੁਤ ਸਕੂਲ ਨੇ ਪ੍ਰਾਈਵੇਟ ਵੀ ਜਿਹੜੇ ਗਰੀਬ ਬੱਚਿਆਂ ਦੀ ਮਦਦ ਵੀ ਕਰਦੇ ਨੇ ਕੋਈ ਫालतू ਫੰਡ ਨਹੀਂ ਲੈਂਦੇ ਕਾਹਦਾ ਸਿਸਟਮ ਜਾ ਚਲਾਉਂਦੇ ਨੇ ਪੁਰਾਣੇ ਕਈ ਜਿਹੇ ਇਹ ਸਕੂਲ ਚੱਲੇ ਆ ਰਹੇ ਨੇ ਪਰ ਜਦੋਂ ਗੱਲ ਇਹ ਆ ਜਾਂਦੀ ਹੈ ਵੀ ਇਹ ਟਾਮ-ਚਾਮ ਰਾ ਚਲਾਉਂਦੇ ਨੇ ਐਡੀ ਬਿਲਡਿੰਗ ਪਾ ਕੇ ਜਦੋਂ ਆਲੀ ਸ਼ਾਨ ਇੱਕ ਫਾਈਵ ਸਟਾਰ ਹੋਟਲ ਵਰਗਾ ਦਿਖਾਉਂਦੇ ਨੇ ਜਿਵੇਂ ਕਿ ਹਸਤਾਲ ਵੀ ਨੇ ਕਈ ਇਸ ਤਰ੍ਹਾਂ ਦੇ ਤਾਂ ਆਖਰਕਾਰ ਫਿਰ ਉਹ ਖਰਚੇ ਤੁਹਾਡੇ ਜੇਬਾਂ ਤੇ ਪੈਣੇ ਨੇ ਠੀਕ ਹੈ ਅਫਸਰਾਂ ਨੂੰ ਜਿਆਖਈਏ ਕਿ ਅ ਅਮੀਰਾਂ ਨੂੰ ਆਪਦੇ ਜਵਾਕਾਂ ਨੂੰ ਪੜਾ ਲੰਦੋ ਆਮ ਲੋਕ ਇਸ ਗੱਲ 'ਚ ਲੁਟਾ ਕਦੇ ਨਾ ਹੋ ਕਿ ਆਖਰ ਸਾਡਾ ਜਵਾਕ ਉੱਥੇ ਜਾਊਗਾ ਤਾਂ ਪਤਾ ਨਹੀਂ ਕੀ ਬਣ ਜਾਊਗਾ ਬੰਨਾ ਬੁੰਨਾ ਕੁਝ ਨਹੀਂ ਹੁੰਦਾ ਜਵਾਕ ਦੇ ਆਪਦੇ ਸਿਰ ਤੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਦੂਜੇ ਪਾਸੇ ਗੱਲ ਇਹ ਹੈ ਵੀ ਇਹ ਸਵਾਰੀ ਜੇ ਇਹ ਚੀਜ਼ਾਂ ਸਖਤੀ ਨਾਲ ਲ ਤਾਂ ਫਿਰ ਗੱਲ ਇਹ ਹੈ ਵੀ ਇਹਨਾਂ ਨੂੰ ਬੰਦੇ ਦਾ ਪੁੱਤ ਬਣਾਉਣ ਵਾਸਤੇ ਥੋੜੀ ਜਿਹੀ ੋਖਾਈ ਤਾਂ ਅਫਸਰਾਂ ਨੂੰ ਪ੍ਰੈਸ਼ਰ ਪ੍ਰੇਸ਼ਰ ਜਿਕੇ ਇਹ ਲਾਲਚ ਦਿੱਤੇ ਜਾ ਸਕਦੇ ਨੇ ਕਿ ਪਰ ਜੇ ਇਹ ਆਪਦੀ ਇਮਾਨਦਾਰੀ ਨਾਲ ਡਟ ਕੇ ਡੰਡੇ ਨਾਲ ਤਾਂ ਇੰਡੀ ਵੀ ਕੋਈ ਗੱਲ ਨਹੀਂ ਹੈਗੀ ਇਹਨਾਂ ਨੂੰ ਸੁਧਾਰਨਾ ਐਡਾ ਵੀ ੋਖਾ ਨਹੀਂ ਹੈਗਾ ਧੰਨਵਾਦ